अस्सलाम वालेकुम मोजस खवातीन हजरात, हम तमासील में कर रहे थे ड्रामा रोले महक मलक के, और जब भी मैं महक मलक साहब के साथ काम करता हूँ तो मुझे बड़ा मजा आता है, और इस दफा भी इन्होंने 2.5 करोड़ का बिजनेस किया 8 दिन में। तो मैडम, इसमें क्या खूबी है आप में कि इतने लोग कैसे आपसे प्यार? बस मुझ में कशिश इतनी है, लोग खींचे चले आते। अच्छा जी, हाँ अच्छा राणा साहब, मतलब 2.5 करोड़ का बिजनेस10-10 किलो दी टोकरी जिहदे च खुशक मेवा ते फ्रूट ते नाल सारा कुछ पा के उन्हां दित्ता बच्चियां वास्ते चॉकलेट। ਤੇ ਇਹ ਪ੍ਰੋਡਿਊਸਰ ਉਦੋਂ ਹੀ ਦਿੰਦਾ ਜਦੋਂ ਉਹਨੂੰ 2.5 ਕਰੋੜ ਦੇ ਵਿੱਚ 1.5 ਕਰੋੜ ਬਚਿਆ ਹੋਵੇ। ਲੇਕਿਨ ਗਰਮੀ ਦੇ ਮੌਸਮ ਜੋ ਖੁਸ਼ਕ ਮੇਵਾ ਜਿਹੜਾ, ਇਹਦਾ ਕੀ ਮਕਸਦ ਹੈ? ਬਾਬਰ ਸਾਹਿਬ, ਖੁਸ਼ਕ ਮੇਵਾ ਸਰਦੀ 'ਚ ਨਹੀਂ ਖਾਧਾ ਜਾਂਦਾ, ਬੜਾ ਤੁਹਾਡਾ ਵੱਡੇ ਦੁਆਣੇ ਅਗਰਾ ਮੂੰਹ ਹੈ। ਇਹ ਜਦੋਂ ਮਰਜ਼ੀ ਖਾਓ, ਥੋੜਾ ਥੋੜਾ ਖਾ ਲਓ, ਜ਼ਰੂਰੀ ਤੁਸੀਂ ਅੰਦਰ ਅੱਗ ਲਾਣੀ। ਤੇ ਮਹਿਕ ਮਲਕ ਲਈ ਮੈਂ ਤੇ ਬਈ ਕਲੈਪ ਕਰਾਂਗਾ। 2.5 ਕਰੋੜ ਦਾ ਬਿਜ਼ਨਸ, ਕਿਆ ਬਾਤ ਹੈ, ਕਿਆ ਬਾਤ ਹੈ ਯਾਰ। ਅੱਛਾ ਜੀ, ਮਹਿਕ ਮਲਕ ਸਾਹਿਬ, ਕੈਸਾ ਲੱਗਾ ਤੁਹਾਨੂੰ ਲਾਹੌਰ ਔਰ ਰਾਣੇ ਨਾਲ? ਤੁਸੀਂ ਫਿਰ ਦੁਬਾਰਾ ਡਰਾਮਾ ਕਰ ਰਹੇ ਹੋ, ਤੇ ਕਿਉਂਕਿ ਰਾਣੇ ਨਾਲ ਤੁਹਾਡਾ ਤੀਸਰਾ ਡਰਾਮਾ ਹੈ। ਜੀ ਜੀ ਜੀ, ਬਹੁਤ ਅੱਛਾ ਲੱਗਤਾ ਹੈ, ਪਹਿਲੇ ਵੀ ਮਾਸ਼ਾਅੱਲਾ ਬਹੁਤ ਅੱਛਾ ਲੱਗਾ। ਚੌਥਾ ਡਰਾਮਾ ਹੈ ਹਮਾਰਾ ਨਾ, 3 ਤੋਂ ਹਮਨੇ ਗੁਜਰਾਂਵਾਲਾ ਮੇ ਕੀ ਹੈ, ਚੌਥਾ ਹਮਨੇ ਲਾਹੌਰ ਤਮਾਸੀਲ ਥੀਏਟਰ ਮੇ ਕੀ ਹੈ, ਔਰ ਰਾਣੇ ਕਾ ਹੀ ਹਾਥ ਹੈ, ਇਸੀ ਨੇ ਮੁਝੇ ਯਹਾਂ ਪੇ ਕਾਸਟ ਕਰਵਾਇਆ ਹੈ ਕਿ ਫੋਨ ਪੇ ਮੁਝੇ ਕਹਾ ਕਿ ਆਪ ਯਹਾਂ ਪੇ ਡਰਾਮਾ ਲਾਜ਼ਮੀ ਕਰੋ। ਆਪਕੋ ਕਹਾ ਕਿ ਮੇਰੀ ਖਾਹਿਸ਼ ਹੈ ਕਿ ਹਮ ਇਕੱਠਾ ਡਰਾਮਾ ਕਰੀਏ, ਮੇਰੇ ਲਫ਼ਜ਼ ਯਾਦ ਹੈ। ਐਸੇ ਐਸੇ ਇਸਨੇ ਮੁਝੇ ਫੋਨ ਪੇ ਕਾਸਟ, ਮੇਰੀ ਅੱਲਾਹ ਤਾਲਾ ਨੇ ਖਾਹਿਸ਼ ਪੂਰੀ ਕੀ ਤੋ ਮੁਝੇ ਬੜਾ ਮਜ਼ਾ ਆਇਆ, ਪ੍ਰੋਡਿਊਸਰ ਕੋ ਵੀ ਮਜ਼ਾ ਆਇਆ, ਮਹਿਕ ਮਲਕ ਜੀ ਕੋ ਵੀ ਮਜ਼ਾ ਆਇਆ, ਬਹੁਤ ਅੱਛਾ ਲੱਗਾ। ਪੈਸੇ ਵੀ ਲੱਗੀ ਹੈ, ਜਬ ਵੀ ਇਨਕੇ ਸਾਥ ਡਰਾਮਾ ਕੀਆ ਪੂਰੇ ਭਰ ਕੇ ਪੈਸੇ ਉਠਾਏ। ਸੁਭਾਨ ਅੱਲਾਹ ਜੀ। ਅਮਜਦ ਰਾਣਾ ਜੀ, ਸਾਡੇ ਬਹੁਤ ਸਾਰੀਆਂ ਬੈਸਟ ਵਿਸ਼ਿਜ਼ ਨੇ। ਅਮਜਦ ਰਾਣਾ ਅਨਗਰੀ ਅਮਰੀਕਾ ਵੀ ਜਾ ਰਿਹਾ, ਵੀਜ਼ਾ ਲੱਗ ਚੁੱਕੇ ਆ, ਪੈਸੇ ਲੈ ਕੇ ਖਾ ਚੁੱਕੇ ਆ, ਔਰ ਅੱਗੋਂ ਇਨਸ਼ਾਅੱਲਾ ਮਜ਼ੀਦ ਕਮਾਣ ਜਾ ਰਿਹਾ, ਜਿਸ ਤਰ੍ਹਾਂ ਕਿ ਪਹਿਲਾਂ ਯੂਕੇ ਵੀ ਅਮਜਦ ਰਾਣਾ ਫਿਲਮ ਕਰਕੇ ਆਇਆ। ਯੂਕੇ ਵੀ ਮੈਂ ਤੇ ਮੈਡਮ ਇਕੱਠੇ ਜਾ ਰਹੇ ਹਾਂ, ਇਕੱਠੇ ਜਾ ਰਹੇ ਹਾਂ ਨਾ। ਅੱਛਾ, ਇਕੱਠੇ ਜਾ ਰਹੇ ਹਾਂ, ਇਕੱਠੇ ਜਾ ਰਹੇ ਹਾਂ। ਲਓ ਜੀ, ਇਹ ਹਰ ਪਾਸੇ ਇਕੱਠੇ ਜਾ ਰਹੇ ਨੇ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਵੀ ਇਹਨਾਂ ਦੇ ਨਾਲ ਹੀ ਜਾ ਰਿਹਾ। ਅੱਛਾ, ਇਹ ਸਰਪ੍ਰਾਈਜ਼ ਜੇ ਸਰਪ੍ਰਾਈਜ਼ ਜਿਹੜੀ ਲਾਬੀ ਹੈ ਨਾ, ਉੱਥੇ ਮੈਡਮ ਡਾਂਸ ਕਰਨਗੇ ਤੇ ਮੈਂ ਤੁਹਾਨੂੰ ਪੈਸੇ ਚੁੱਕਾਂ। ਰਾਣਾ ਬਿਜ਼ਨਸ ਮਾਈਂਡ ਆਦਮੀ ਹੈ ਜੀ, ਬਿਜ਼ਨਸ ਬੜਾ ਅੱਛਾ ਜ਼ਿਹਨ ਦੇ ਵਿੱਚ ਲੈ ਕੇ ਰਸਤੇ 'ਚ ਬਿਜ਼ਨਸ ਹੀ ਕਰਨਾ ਚਾਹ ਰਿਹਾ। ਲੇਕਿਨ ਨੋ ਡਾਊਟ, ਰਾਣਾ ਗੁਜਰਾਂਵਾਲੇ ਤੋਂ ਲਾਹੌਰ ਆਇਆ, ਅਤੇ ਲਾਹੌਰ ਆ ਕੇ ਜਨਾਬ ਕਾਮਯਾਬੀ ਦੇ ਝੰਡੇ ਗੱਡੇ ਦੇ, ਔਰ ਗੁਜਰਾਂਵਾਲੇ ਦੀ ਜਿਹੜੀ ਹੈ ਜਨਾਬ ਉਹ ਪਹਿਚਾਣ ਇਸ ਟਾਈਮ ਅਮਜਦ ਰਾਣਾ ਜਨਾਬ ਲਾਹੌਰ 'ਚ ਆ ਕੇ ਭਰਪੂਰ ਆਪਣੀ ਜਗ੍ਹਾ ਬਣਾਈ ਔਰ ਕਾਮਯਾਬੀ ਨਾਲ ਟੀਕਾ ਲਾਇਆ। ਮਹਿਕ ਮਲਕ ਸਾਹਿਬਾਂ ਨੇ ਜਿੰਨਾ 2.5 ਕਰੋੜ ਰੁਪਇਆ ਬਿਜ਼ਨਸ ਕੀਤਾ। ਅੱਛਾ ਜੀ, ਹੁਣ ਇਸ ਤੋਂ ਅੱਗੇ ਕਿਤੇ ਡਰਾਮਾ ਹੈ ਕਿ ਮਤਲਬ ਮਰਮ ਤੋਂ ਬਾਅਦ? ਨਹੀਂ, ਇਹ ਸਰਪ੍ਰਾਈਜ਼ ਹੈ। ਸਰਪ੍ਰਾਈਜ਼ ਹੈ, ਠੀਕ ਹੈ, ਦੇਂਗੀ ਕਬ? ਜਲਦੀ ਜਲਦੀ। ਇਸਕਾ ਮਤਲਬ ਹੈ ਕਿ ਇਹ ਦੁਬਾਰਾ ਤਮਾਸ਼ੀਲ ਨਹੀਂ, ਤਮਾਸ਼ੀਲ ਨਾਜ਼ਰੀਨ ਦਾ ਮਤਲਬ ਹੈ ਕਿ ਮਹਿਕ ਮਲਕ ਸਾਹਿਬਾ ਜਿਹੜੀਆਂ ਨੇ ਇਹ ਜਨਾਬ, ਇਹਨਾਂ ਦੇ ਅਸੀਂ ਬੜੇ ਮਸ਼ਹੂਰ ਹਾਂ, ਬਾਹਰ ਬਹੁਤ ਸਾਰੇ ਲੋਕ ਇਹਨਾਂ ਦਾ ਇੰਤਜ਼ਾਰ ਕਰ ਰਹੇ ਨੇ, ਅਸੀਂ ਜਦੋਂ ਵੀ ਆਉਂਦੇ ਹਾਂ ਇਨਕਾਰ ਨਹੀਂ ਕਰਦੇ, ਟਾਈਮ ਦਿੰਦੇ ਨੇ, ਅਤੇ ਅਸੀਂ ਇਹੀ ਦੁਆ ਕਰ ਸਕਦੇ ਹਾਂ ਕਿ ਅੱਲਾ ਇਹਨਾਂ ਨੂੰ ਜਜ਼ਾ ਦੇਵੇ। ਇਹ ਨੀਅਤ ਦੇ ਅੱਛੇ ਨੇ, ਬੇਸਿਕ ਇਨਸਾਨ ਹੋਣਾ ਬਹੁਤ ਅੱਛਾ, ਇਹ ਜ਼ਰੂਰੀ ਹੈ, ਔਰ ਇਹ ਇੱਕ ਅੱਛੇ ਇਨਸਾਨ ਨੇ, ਸਾਨੂੰ ਇਸ ਕਰਕੇ ਇਹਨਾਂ ਨਾਲ ਬਹੁਤ ਜ਼ਿਆਦਾ ਮੁਹੱਬਤ ਹੈ ਔਰ ਹਮੇਸ਼ਾ ਰਹੇਗੀ। ਔਰ ਅਮਜਦ ਰਾਣਾ ਇੰਤਹਾਈ ਚਵਲ ਆਦਮੀ ਹੈ, ਉਹਦੇ ਬਾਵਜੂਦ ਸਾਡੀ ਇਹ ਜਿੰਦ ਹੈ, ਸਾਡੀ ਜਾਨ ਹੈ, ਔਰ ਇਨਸ਼ਾਅੱਲਾ ਅਮਜਦ ਰਾਣਾ ਸਾਡੇ ਨਾਲ ਹੈ। ਤੁਸੀਂ ਰਾਣਾ ਬੜਾ ਅੱਛਾ ਇਨਸਾਨ ਹੈ। ਥੈਂਕ ਯੂ ਮੈਡਮ, ਆਪਕਾ ਲਵ ਹੈ। ਉਹ ਲੰਬਾ ਕਰੇ ਇੱਕ ਦਫਾ, ਮੈਂ ਛੋਟੀ ਬਾਤ ਕਰਨੀ ਹੈ, ਉਹ ਮੈਨੂੰ ਸਿਰਫ ਚਾਹੀਏ, ਇਹ ਆਪ ਦੁਬਾਰਾ ਕਲਿੱਕ ਕਰੇਂਗੇ, ਛੋਟੀ ਬਾਤ ਮੈਡਮ। ਅੱਛਾ ਜੀ, ਸਿਰਫ ਇਤਨੀ ਕਿ ਟਿਕਟੌਕ ਕੇ ਲਈ। ਹਾਂ ਚਾਰਜ ਕਰ।